ਜੇਕਰ ਓਲੰਪਿਕ ਦੇ ਵਿੱਚੋਂ ਖਿਡਾਰੀ ਜਿਹੜੇ ਕਿ ਛੋਟੀਆਂ ਉਮਰਾਂ ਵਾਲੇ ਹੁੰਦੇ ਆ ਜਿੱਤ ਕੇ ਆ ਜਾਂਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਜਿੱਤ 'ਤੇ ਲਏ ਗਏ ਫੈਸਲਿਆਂ 'ਤੇ ਕੀ ਸਵਾਲ ਚੁੱਕਣੇ ਚਾਹੀਦੇ ਆ? ਕੁਝ ਲੋਕ ਸੋਸ਼ਲ ਮੀਡੀਆ 'ਤੇ ਜਨਾਬ ਸਵਾਲ ਚੁੱਕਦੇ ਪਏ ਆ ਮਨੂ ਭਾਕਰ ਦੇ ਨਾਲ, ਜਿਸ ਖਿਡਾਰੀ ਦੇ ਵੱਲੋਂ ਉਹਨਾਂ ਦੇ ਨਾਲ ਸ਼ੂਟਿੰਗ ਮਿਕਸ ਦੇ ਵਿੱਚ ਇੰਡੀਆ ਦੇ ਲਈ ਬ੍ਰੋਂਜ਼ ਮੈਡਲ ਜਿੱਤਿਆ ਗਿਆ। ਗੱਲ ਕਰਦੇ ਪਏ ਹਾਂ ਸਰਬਜੀਤ ਸਿੰਘ ਦੀ, ਜਿਹੜੇ ਕਿ ਛੋਟੀ ਉਮਰ ਦੇ ਵਿੱਚ ਵੱਡੇ ਕਾਰੇ ਜਾਂ ਇੰਜਾਖ ਲਵੋ ਕਿ ਵੱਡੇ ਮੁਕਾਮ ਹਾਸਲ ਕਰ ਲਈ ਹੈ ਓਲੰਪਿਕ ਦੇ ਵਿੱਚ। ਜਿਵੇਂ ਹੀ ਪੈਰਿਸ ਓਲੰਪਿਕ ਦੇ ਵਿੱਚ ਮਨੂ ਭਾਕਰ ਦੇ ਨਾਲ ਉਹਨਾਂ ਦੇ ਵੱਲੋਂ ਸ਼ੂਟਿੰਗ ਮਿਕਸ ਦੇ ਵਿੱਚ ਮੁਕਾਬਲੇ ਦੇ ਵਿੱਚ ਬ੍ਰੋਂਜ਼ ਮੈਡਲ ਜਿੱਤਿਆ ਗਿਆ, ਉਸ ਤੋਂ ਬਾਅਦ ਪੂਰੇ ਦੇਸ਼ ਨੇ ਵਧਾਈ ਦਿੱਤੀ ਅਤੇ ਜਿਵੇਂ ਹੀ ਇਹ ਦੋਵੇਂ ਆਪਣੇ ਸੂਬੇ ਸਟੇਟ ਦੇ ਵਿੱਚ ਪਹੁੰਚੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਦਿਆਂ ਹੋਇਆ ਉਹਨਾਂ ਨੂੰ ਡਿਪਟੀ ਡਾਇਰੈਕਟਰ ਦੀ ਨੌਕਰੀ ਦਾ ਔਫਰ ਦਿੱਤਾ ਗਿਆ। ਜਿਵੇਂ ਹੀ ਇਹ ਦੋਨੇ ਜਾਣੇ ਖਿਡਾਰੀ ਪੈਰਿਸ ਤੋਂ ਇੰਡੀਆ ਵਾਪਸ ਪਹੁੰਚਦੇ ਨੇ ਅਤੇ ਹਰਿਆਣਾ ਦੇ ਵਿੱਚ ਉਹਨਾਂ ਦਾ ਸਵਾਗਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਕੀਤਾ ਜਾਂਦਾ ਹੈ। ਜੇਕਰ ਇਸ ਸਭ ਦੀ ਵਿੱਚ ਗੱਲ ਕੀਤੀ ਜਾਵੇ ਤਾਂ ਸਰਬਜੀਤ ਅਤੇ ਦੂਸਰੇ ਪਾਸੇ ਮਨੂ ਭਾਕਰ, ਮਨੂ ਭਾਕਰ ਦੀ ਜ਼ਿੰਦਗੀ ਦੇ ਬਾਰੇ ਜੇਕਰ ਥੋੜ੍ਹੀ ਜਿਹੀ ਗੱਲ ਕੀਤੀ ਜਾਵੇ ਤਾਂ ਮਨੂ ਭਾਕਰ ਦਾ ਸੰਘਰਸ਼ ਇੰਨਾ ਸੀ ਕਿ ਉਸਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਸ਼ੂਟਿੰਗ ਤੋਂ ਨਹੀਂ ਕੀਤੀ। ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਅਜਿਹੀਆਂ ਖੇਡਾਂ ਖੇਡੀਆਂ ਜਿਸ ਤੋਂ ਬਾਅਦ ਜਿਸ ਖੇਡ ਦੇ ਵਿੱਚ ਉਸਨੂੰ ਲੱਗਿਆ ਕਿ ਮੈਂ ਅੱਗੇ ਜਾ ਸਕਦੀ ਹਾਂ ਉਹ ਅੱਗੇ ਵਧੀ। ਅਤੇ ਦੂਸਰੇ ਪਾਸੇ ਅੰਬਾਲਾ ਦੇ ਹੀ ਰਹਿਣ ਵਾਲੇ, ਅੰਬਾਲਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਰਬਜੀਤ ਜਦੋਂ ਮੁੜਦੇ ਨੇ ਅਤੇ ਉਸ ਤੋਂ ਬਾਅਦ ਨਾਇਬ ਸੈਣੀ ਹੋਰਾਂ ਦੇ ਵੱਲੋਂ ਜਿਹੜੀ ਨੌਕਰੀ ਖੇਡ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਦੀ ਦਿੱਤੀ ਜਾਂਦੀ, ਉਸ ਤੋਂ ਬਾਅਦ ਭਾਵੇਂ ਕਿ ਉਹਨਾਂ ਦੀ ਮੁਲਾਕਾਤ ਮੁੱਖ ਮੰਤਰੀ ਦੇ ਨਾਲ 9 ਅਗਸਤ ਨੂੰ ਹੋ ਜਾਂਦੀ ਹੈ, ਦੋਹਾਂ ਦੇ ਵੱਲੋਂ ਨੌਕਰੀ ਐਕਸੈਪਟ ਤਾਂ ਕਰ ਲਈ ਜਾਂਦੀ ਹੈ, ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਖਬਰਾਂ ਛਪ ਗਈਆਂ ਨੇ ਕਿ ਹੁਣ ਸਰਬਜੀਤ ਦੇ ਵੱਲੋਂ ਉਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਦੋਂ ਇਸ ਬਾਬਤ ਖਬਰਾਂ ਦੇ ਵਿੱਚ ਲੋਕਾਂ ਦੇ ਵੱਲੋਂ ਸਵਾਲ ਕੀਤੇ ਗਏ ਕਿ ਕਿਉਂ ਅਜਿਹਾ ਕੀਤਾ ਗਿਆ ਤਾਂ ਸਰਬਜੀਤ ਦੇ ਵੱਲੋਂ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇੱਥੇ ਕੋਈ ਨੌਕਰੀ ਨੂੰ ਠੁਕਰਾਉਣ ਦੀ ਕੋਈ ਗੱਲ ਨਹੀਂ ਹੈ, ਐਕਸੈਪਟ ਕਰਨ ਦੀ ਅਜਿਹੀ ਕੋਈ ਗੱਲ ਨਹੀਂ ਹੈ, ਮੇਰੇ ਆਪਣੇ ਜਿਹੜੇ ਫੈਸਲੇ ਸੋਚੇ ਹੋਏ ਨੇ ਮੈਂ ਉਹਨਾਂ 'ਤੇ ਖਰਾ ਉਤਰਨਾ ਚਾਹੁੰਦਾ, ਉਹਨਾਂ 'ਤੇ ਟਿਕਿਆ ਰਹਿਣਾ ਚਾਹੁੰਦਾ। ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਉਦੋਂ ਜਿਹੜੇ ਖਿਡਾਰੀ ਵੱਡੇ ਮੁਕਾਮ ਹਾਸਲ ਤਗਮੇ ਜਿੱਤ ਕੇ ਆਉਂਦੇ ਸਨ ਤਾਂ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਜਾਂ DSP ਲਗਾ ਦਿੱਤਾ ਜਾਂਦਾ ਸੀ, ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਨਾਲ ਦੀ ਨਾਲ ਕਰਨੀ ਪੈਂਦੀ ਸੀ। ਪਰ ਇੱਥੇ ਇਹਨਾਂ ਖਿਡਾਰੀਆਂ ਦਾ ਸੁਪਨਾ ਤੁਸੀਂ ਸੁਣ ਲਵੋ। ਇਸ ਤੋਂ ਬਾਅਦ ਜੇਕਰ 2024 ਤੋਂ ਅਗਲੀਆਂ ਓਲੰਪਿਕਸ ਦੀ ਗੱਲ ਕੀਤੀ ਜਾਵੇ ਤਾਂ 2028 ਦੇ ਵਿੱਚ US ਦੇ ਵਿੱਚ ਲੋਸ ਏਂਜਲਸ ਦੇ ਵਿੱਚ ਓਲੰਪਿਕਸ ਹੋਣਗੀਆਂ, ਉਸ ਦੇ ਵਿੱਚ ਇਸ ਖਿਡਾਰੀ ਦੇ ਵੱਲੋਂ ਇਹ ਸੁਪਨਾ ਸਾਂਝਾ ਕੀਤਾ ਗਿਆ ਹੈ ਕਿ ਜਿਹੜਾ ਮੈਂ ਮੈਡਲ ਹਾਸਲ ਕੀਤਾ ਹੈ ਮੈਂ ਇਸ ਦਾ ਰੰਗ ਬਦਲਣਾ ਚਾਹੁੰਦਾ ਹਾਂ। ਭਾਵੇਂ ਕਿ ਇਹ ਜਿਹੜਾ ਵੱਡੀ ਗੱਲ ਕੀਤੀ ਗਈ ਹੈ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਇੰਨੇ ਸਾਲਾਂ ਦੀ ਲੱਗੇਗੀ ਅਤੇ ਉਸ ਪੂਰੀ ਮਿਹਨਤ ਦੇ ਵਿੱਚ ਜੇਕਰ ਆਪਣੀ ਜ਼ਿੰਦਗੀ ਦਾ ਇੱਕ ਖਾਸ ਜਿਹੜਾ ਇਹ ਮੌਕਾ ਮਿਲਦਾ ਪਿਆ ਹੈ ਸਰਬਜੀਤ ਸਿੰਘ ਨੂੰ, ਜਿਨ੍ਹਾਂ ਦੇ ਪਿਤਾ ਕਿਸਾਨ ਅਤੇ ਮਾਤਾ ਜੀ ਘਰ ਦਾ ਕੰਮ ਹਾਊਸ ਵਾਈਫ ਨੇ, ਉਸ ਮੁੰਡੇ ਦੇ ਵੱਲੋਂ ਇਹ ਤਕੜਾ ਜਿਹੜਾ ਫੈਸਲਾ ਲਿਆ ਗਿਆ ਹੈ ਕਿ ਮੈਂ ਹਾਲੇ ਹੋਰ ਮਿਹਨਤ ਕਰਨੀ ਹੈ ਅਤੇ ਆਪਣੀ
ਸ਼ੂਟਿੰਗ ਨੂੰ ਹੋਰ ਵਧੀਆ ਕਰਨਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਸਰਬਜੀਤ ਸਿੰਘ ਆਪਣੇ ਗੋਲਡ ਦੀ ਗੱਲ ਕਰਦੇ ਪਏ ਨੇ, ਪਰ ਦੂਸਰੇ ਪਾਸੇ ਜਿਹੜੀਆਂ ਸੋਸ਼ਲ ਮੀਡੀਆ 'ਤੇ ਖਬਰਾਂ ਨਸ਼ਰ ਹੁੰਦੀਆਂ ਪਈਆਂ ਨੇ ਕਿ ਸਰਬਜੀਤ ਦੇ ਵੱਲੋਂ ਨੌਕਰੀ ਠੁਕਰਾ ਦਿੱਤੀ ਗਈ ਹੈ, ਕਈ ਸਵਾਲ ਚੁੱਕੇ ਜਾਂਦੇ ਪਏ ਨੇ, ਇਸ ਬਾਬਤ ਤੁਸੀਂ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ। ਕਿਉਂਕਿ ਦੂਸਰੇ ਪਾਸੇ ਭਾਵੇਂ ਕਿ ਉਸ ਮੌਕੇ 9 ਅਗਸਤ ਨੂੰ ਮਨੂ ਭਾਕਰ ਹੋਰਾਂ ਦੇ ਵੱਲੋਂ ਵੀ ਡਿਪਟੀ ਡਾਇਰੈਕਟਰ ਵਾਲੀ ਨੌਕਰੀ ਐਕਸੈਪਟ ਕਰ ਲਈ ਗਈ ਸੀ, ਪਰ ਉਸ ਤੋਂ ਬਾਅਦ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਹਾਲੇ ਦੇਸ਼ ਦੇ ਲਈ ਇਸ ਖੇਡ ਦੇ ਲਈ ਹੋਰ ਵਧੀਆ ਬਿਹਤਰ ਕਰਨਾ ਹੈ, ਉਸ ਦੇ ਮੌਕੇ ਸਾਨੂੰ ਮਿਲਦੇ ਰਹਿਣੇ ਚਾਹੀਦੇ ਨੇ। ਪਰ ਦੂਸਰੇ ਪਾਸੇ ਸਰਬਜੀਤ ਸਿੰਘ, ਜਿਸ ਦਾ ਜੇਕਰ ਗੱਲ ਕੀਤੀ ਜਾਵੇ, 30 ਸਤੰਬਰ 2001 ਨੂੰ ਜਨਮ ਹੁੰਦਾ ਹੈ ਅਤੇ ਉਸਦੇ ਵੱਲੋਂ ਲਿਆ ਗਿਆ ਇਹ ਫੈਸਲਾ ਕਿ ਉਹ ਡਿਪਟੀ ਡਾਇਰੈਕਟਰ ਵਾਲੀ ਨੌਕਰੀ ਨਹੀਂ ਕਰਨਗੇ, ਅਗਲੀਆਂ ਓਲੰਪਿਕ ਦੀ ਤਿਆਰੀ ਕਰਨਗੇ, ਆਪਣੇ ਮੈਡਲ ਬ੍ਰੋਂਸ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਇਸ ਫੈਸਲੇ ਬਾਰੇ ਕੀ ਸੋਚਦੇ ਹੋ, ਜ਼ਰੂਰ ਰਾਏ ਦੇਣ ਦੀ ਕੋਸ਼ਿਸ਼ ਕਰਨਾ।